ਸਵਾਰ ਸੈਫੁਰ ਰਹਿਮਾਨ ਸਾਡੇ ਪਿੰਡ ਦਾ ਜੀ ਸ਼ਹੀਦ ਸੀ ਅਤੇ ਆਹ ਸਾਡੇ ਪੁਰਾਣਾ ਬੱਸ ਸਟਾਪ ਆ ਜੀ ਮੁਸਾਫਰਖਾਨਾ ਵੀ ਇਹਨੂੰ ਕਹਿੰਦੇ ਅਸਲਾਮ ਵਾਲੇਕਮ ਜੀ ਮੈਂ ਜੀ ਵਿਕਾਸ ਅਲੀ ਰਾਣਾ ਤੁਸੀਂ ਮੇਰਾ ਯੂਟਿਊਬ ਚੈਨਲ ਦੇਖ ਰਹੇ ਹੋ ਅਤੇ ਫਰੈਂਡਸ ਅੱਜ ਅਸੀਂ ਆਪਣੇ ਗਾਓਂ ਆਏ ਹਾਂ 31 ਗਰੰਟੀਆਂ ਵਾਲੀ ਅਤੇ ਇਹ ਸਾਡਾ ਪਿੰਡ ਬਹੁਤ ਹੀ ਤਾਰੀਖੀ ਪਿੰਡ ਹੈ ਇਸ ਲਿਹਾਜ਼ ਨਾਲ ਤੁਹਾਨੂੰ ਆਪਣੇ ਪਿੰਡ ਦਾ ਵਿਜ਼ਿਟ ਕਰਵਾਉਂਦੇ ਹਾਂ ਅਸਲਾਮ ਵਾਲੇਕਮ ਜੀ ਇਹ ਆਤਮ ਭਾਈ ਆ ਜੀ ਅਤੇ ਅਦਨਾਨ ਭਾਈ ਆਹ ਯਾਸਰ ਭਾਈ ਆ ਅਤੇ ਆਹ ਰਾਣਾ ਨਿਸ਼ਾਦ ਆ ਅਤੇ ਆਓ ਤੁਹਾਨੂੰ ਹੁਣ ਪਿੰਡ ਦੀ ਸੈਰ ਕਰਵਾਉਂਦੇ ਹਾਂ ਇਹ ਜੀ ਸਾਡੇ ਪਿੰਡ ਦਾ ਪੰਚਾਇਤ ਹਾਲ ਆ ਔਰ ਪਹਿਲੇ ਦੌਰ ਦੇ ਵਿੱਚ ਜਦੋਂ ਕੋਈ ਮਸਲਾ ਮਸਾਇਲ ਹੁੰਦਾ ਸੀਗਾ ਤਾਂ ਸਾਰੇ ਲੋਕ ਜਿਹੜੇ ਗ੍ਰੈਜੂਏਟ ਸੀਗੇ ਉਹ ਆਪਣੇ ਘਰਾਂ ਦੇ ਵਿੱਚ ਨਹੀਂ ਇਸ ਪੰਚਾਇਤ ਹਾਲ 'ਚ ਆਉਂਦੇ ਸੀਗੇ ਇੱਥੇ ਬੈਠ ਕੇ ਫੈਸਲੇ ਹੁੰਦੇ ਸੀਗੇ ਅਤੇ ਇਹਦੇ ਸਾਹਮਣੇ ਹੁਣ ਆਹ ਦੇਖ ਲਓ ਤੁਸੀਂ ਮਸਜਿਦ ਬਣੀ ਹੋਈ ਹੈ ਬਹੁਤ ਹੀ ਖੂਬਸੂਰਤ ਸਾਡੇ ਪਿੰਡ ਦੀ ਮਸਜਿਦ ਹੈ ਜੀ ਦੋਸਤੋ ਆਹ ਸਾਡੇ ਪਿੰਡ ਦਾ ਵਾਟਰ ਫਿਲਟਰੇਸ਼ਨ ਪਲਾਂਟ ਲੱਗਾ ਹੋਇਆ ਪੀਣੇ ਦਾ ਸਾਫ਼ ਪਾਣੀ ਅਤੇ ਆਹ ਨਾਲ ਟੈਂਕੀ ਹੈ ਜੀ ਆ ਜੀ 47 ਤੋਂ ਪਹਿਲਾਂ ਦੀ ਕੋਠੀ ਹੈ ਇੱਕ ਬਹੁਤ ਹੀ ਪੁਰਾਣੀ ਅਤੇ ਆਪਣੇ ਉਸੀ ਸ਼ਕਲ ਦੇ ਵਿੱਚ ਇਹ ਕਾਇਮ ਆ ਤੁਸੀਂ ਦੇਖ ਸਕਦੇ ਆ ਦਰਖਤ ਵੀ ਪੁਰਾਣੇ ਉਸੇ ਤਰ੍ਹਾਂ ਹੀ ਲੱਗੇ ਹੋਏ ਆ ਬਹੁਤ ਹੀ ਖੂਬਸੂਰਤ ਵਿਊ ਇਹਦਾ ਜੀ ਇਹ ਬਿਲਡਿੰਗਾਂ ਜੀ ਜਾਂ ਕੋਠੀਆਂ ਕਹਿ ਸਕਦੇ ਹਾਂ ਇਹ 1932 ਦੇ ਵਿੱਚ ਇਹ ਬਣੀਆਂ ਸੀਗੀਆਂ ਅੰਗਰੇਜ਼ਾਂ ਨੇ ਆਪਣੇ ਲੋਕਾਂ ਨੂੰ ਗੁਲਾਮ ਰੱਖਣ ਵਾਸਤੇ ਜਿੰਨੇ ਵੀ ਗ੍ਰੈਜੂਏਟ ਸੀ ਜਾਂ ਜਿਨ੍ਹਾਂ ਨੇ BA ਕੀਤਾ ਸੀਗਾ ਉਹਨਾਂ ਨੂੰ ਜਗ੍ਹਾ ਅਲਾਟ ਕਰਤੀ ਤਾਂ ਕਿ ਉਹ ਇਹਨਾਂ ਦੇ ਥੱਲੇ ਰਹਿਣ ਅਤੇ ਬਗਾਵਤ ਨਾ ਕਰਨ ਇਸ ਵਾਸਤੇ ਉਹਨਾਂ ਨੇ ਜਗ੍ਹਾ ਅਲਾਟ ਕੀਤੀ ਅਤੇ ਲੋਕਾਂ ਨੂੰ ਕਹਿਤਾ ਵੀ ਜ਼ਮੀਨਾਂ ਤੁਸੀਂ ਸਾਂਭ ਲਵੋ ਆ ਜਗ੍ਹਾ ਤੁਹਾਨੂੰ ਦੇ ਦਿੱਤੀ ਆ ਅਤੇ ਤੁਸੀਂ ਇੱਥੇ ਰਹੋ ਇਹ ਉਸ ਦੌਰ ਦੀਆਂ ਚੀਜ਼ਾਂ ਬਣੀਆਂ ਹੋਈਆਂ ਵਾ ਤੁਸੀਂ ਦੇਖ ਸਕਦੇ ਹਾਂ ਆਪਣੇ ਇਸ ਵੀਡੀਓ ਦੇ ਵਿੱਚ ਆ ਨਾਲ ਥੋੜ੍ਹੀ ਥੋੜ੍ਹੀ ਰਿਪੇਅਰਿੰਗ ਕੀਤੀ ਹੋਈ ਹੈ ਇਹਨਾਂ ਦੀ ਆ ਖਿੜਕੀਆਂ ਦਰਵਾਜ਼ੇ ਆ ਇੰਟਰਨਲ ਹਿੱਸਾ ਸਾਰਾ ਆਪਣਾ ਉਸੇ ਤਰ੍ਹਾਂ ਕਾਇਮ ਆ ਅਤੇ ਆ ਬਿਲਡਿੰਗ ਬਿਲਕੁਲ ਉਸੀ ਹਾਲਤ ਦੇ ਵਿੱਚ ਆ ਜੀ ਜਿੱਥੋਂ ਜ਼ਿਆਦਾ ਆ ਛੱਤਾਂ ਤੁਸੀਂ ਦੇਖ ਲਓ ਅਤੇ ਆਹ ਦਰਵਾਜ਼ੇ ਦੇਖ ਲਓ ਆ ਇਹਦਾ ਬੈਕ ਸਾਈਡ ਦਾ ਹਿੱਸਾ ਦੇਖ ਲਵੋ ਬਿਲਕੁਲ ਆਪਣੀ ਉਸੀ ਹਾਲਤ 'ਚ ਕਾਇਮ ਆ ਇੰਨੇ ਫਲੱਡ ਆਏ ਸਲਾਬ ਆਏ ਲੇਕਿਨ ਇਹ ਬਿਲਡਿੰਗਾਂ ਆਪਣੇ ਮਜ਼ਬੂਤ ਖੜੀਆਂ ਹੋਈਆਂ ਵਾ ਆ ਥੋੜ੍ਹੀ ਬਹੁਤੀਆਂ ਹੁਣ ਆ ਕੇ ਇਹਨਾਂ ਨੂੰ ਰਿਪੇਅਰ ਕੀਤਾ ਤਾਂ ਕਿ ਇਹ ਕਾਇਮ ਰਹਿਣ ਇੱਥੇ ਮਵੇਸ਼ੀ ਅੱਜ ਕੱਲ੍ਹ ਬਣ ਰਹੇ ਆ ਜਿਸ ਬੰਦੇ ਨੇ ਗ੍ਰੈਜੂਏਸ਼ਨ ਕੀਤੀ ਸੀਗੀ ਉਹਨੂੰ 2 ਮੁਰੱਬੇ ਅਤੇ ਨਾਲ ਆ ਕੋਠੀਆਂ ਦਿੱਤੀਆਂ ਅੰਗਰੇਜ਼ਾਂ ਨੇ ਆ ਦੇਖੋ ਖਿੜਕੀਆਂ ਵੀ ਬਿਲਕੁਲ ਉਸੇ ਤਰ੍ਹਾਂ ਕਾਇਮ ਆ ਔਰ ਉੱਪਰ ਰੋਸ਼ਨਦਾਨ ਦੇਖ ਲਵੋ ਆ ਜਿਹੜੀ ਲੱਕੜੀਆਂ ਲੱਗੀਆਂ ਹੋਈਆਂ ਇਹ ਉਸੇ ਦੌਰ ਦੀਆਂ ਬਣੀਆਂ ਹੋਈਆਂ ਵਾ ਜੀ ਇਹਨੂੰ ਕਿਸੇ ਨੇ ਉਤਾਰਿਆ ਨਹੀਂ ਹੈਗਾ ਉਸੇ ਤਰ੍ਹਾਂ ਕਾਇਮ ਆ ਸਿਰਫ ਆਪਣੀ ਇਹਨਾਂ ਦੀ ਹਾਲਤ ਓਰਿਜਨਲ ਖਰਾਬ ਹੋ ਗਈ ਆ ਜਾਂ ਰਸਟ ਆ ਗਈ ਆ ਇਹ ਜੀ ਸਾਡੇ ਪਿੰਡ ਦੇ ਵਿੱਚ ਲੜਕੀਆਂ ਦਾ ਸਕੂਲ ਹੈ ਹਾਂਜੀ ਭਾਈ ਜਾਨੇ ਪਹਿਲੇ ਹਾਈ ਸਕੂਲ ਸੀ ਹੁਣ ਇਹ ਹਾਇਰ ਬਣ ਗਿਆ ਵਾ ਅੱਛਾ ਅੱਛਾ ਹੁਣ ਹਾਇਰ ਸਕੂਲ ਮਤਲਬ ਕਨਵਰਟ ਹੋ ਗਿਆ ਹਾਂਜੀ ਕਨਵਰਟ ਹੋ ਗਿਆ ਵਾ ਜੀ ਅੱਛਾ ਇਹਦੀ ਬਿਲਡਿੰਗ ਪਿੱਛੇ ਬਿਲਡਿੰਗ ਪਿੱਛੇ ਬਣ ਗਈ ਹੈ ਜੀ ਨਵੀਂ ਹਾਂਜੀ ਔਰ ਗੇਟ ਸ਼ੇਟ ਲੱਗਣੇ ਵਾਲੇ ਆ ਅੱਛਾ ਗੇਟ ਵਗੈਰਾ ਲਾ ਕੇ ਨਾ ਇਹ ਹਾਇਰ ਆ ਹੁਣ ਤੇ ਮਾਸ਼ਾਅੱਲਾ ਬਹੁਤ ਬੜਾ ਸਕੂਲ ਹੋ ਹਾਂਜੀ ਬਹੁਤ ਬੜਾ ਵਾ ਜੀ ਬੈਠੀ ਬਹੁਤ ਹਾਂਜੀ ਏਰੀਆ 6 ਏਕੜ ਰਕਬਾ ਵਾ ਜੀ ਇਹਦਾ ਅੱਛਾ ਹਾਂਜੀ ਚਲੋ ਨਿਸ਼ਾਦ ਭਾਈ ਆ ਪਾਣੀ ਕਿੱਧਰ ਜਾ ਰਿਹਾ ਇਹ ਭਾਈ ਜਾਨ ਪਾਣੀ ਹੈ ਨਾ ਜਿਹੜਾ ਆਪਾਂ ਕੋਠੀਆਂ ਦੇਖ ਕੇ ਆਏ ਆ ਪਿੱਛੋਂ ਅੱਛਾ ਬੈਕ ਤੇ ਹਾਂਜੀ ਉਹਨਾਂ ਨੂੰ ਮਨਜ਼ੂਰ ਹੈ ਪਾਣੀ ਪਿੰਡ ਨੂੰ ਪਿੰਡ ਦੀ ਕੋਠੀਆਂ ਨੂੰ ਨਾ
12 ਕੋਠੀਆਂ ਮੁਸਲਮਾਨਾਂ ਦੀਆਂ ਸੀ 12 ਹਿੰਦੂਆਂ ਸਿੱਖਾਂ ਦੀਆਂ ਸੀਗੀਆਂ ਅੱਛਾ ਇਹ ਉਹਨਾਂ ਨੂੰ ਮਨਜ਼ੂਰ ਆ ਬਣੀ ਇਹ ਕਲਕੱਟ ਇਹ ਪਿੰਡ ਦਾ ਰਜਵਾਇਆ ਵਾ ਜੀ ਇਹ ਪਹਿਲਾਂ ਕੱਚੀ ਹੁੰਦੀ ਸੀ ਨਹਿਰ ਇਹ ਲੇਕਿਨ ਹੁਣ ਇਹਨੂੰ ਵਕਤ ਦੇ ਨਾਲ ਨਾਲ ਇਹਨੂੰ ਪੱਕਾ ਕਰਤਾ ਤਾਂ ਕਿ ਪਾਣੀ ਜ਼ਾਇਆ ਨਾ ਹੋਵੇ ਦੋਸਤੋ ਇਹ ਵੀ 1932 ਦੀ ਕੋਠੀ ਬਣੀ ਹੋਈ ਆ ਔਰ ਤੁਸੀਂ ਦੇਖੋ ਇਹ ਇੰਨੀ ਮਜ਼ਬੂਤ ਆ ਆਪਣੀ ਵੈਸੇ ਹੀ ਉਸੇ ਹਾਲਤ ਦੇ ਵਿੱਚ ਖੜੀ ਆ ਆ ਦੇਖੋ ਜੀ 1938 ਦੀ ਇਹ ਬਿਲਡਿੰਗ ਬਣੀ ਹੋਈ ਆ ਜੀ ਖੰਨਾ ਕਾਟੇਜ ਦੇ ਨਾਮ ਤੋਂ ਖੰਨਾ ਕਾਟੇਜ 1938 ਇਹਦੇ ਦਰਵਾਜ਼ੇ ਆਪਣੀ ਦੇਖ ਲਓ ਉਸੇ ਹਾਲਤ ਦੇ ਵਿੱਚ ਕਾਇਮ ਆ ਇਹ ਬਿਲਡਿੰਗ ਉਹੀ ਹਾਲਤ 'ਚ ਆਪਣੀ ਕਾਇਮ ਹੈ ਦੋਸਤੋ ਇਹਨੂੰ ਚੰਗਾ ਨਹੀਂ ਲੱਗ ਰਿਹਾ ਕਿ ਅਸੀਂ ਇਹਦੇ ਘਰ ਆ ਗਏ ਹਾਂ ਇਹਨਾਂ ਦੇ ਏਰੀਏ ਦੇ ਵਿੱਚ ਆ ਗਏ ਹਾਂ ਤੋ ਆ ਸਾਡੇ ਪਿੰਡ ਦਾ ਦਰਬਾਰ ਹੈ ਜੀ ਆ ਬਜ਼ੁਰਗਾਂ ਦੀ ਕਬਰ ਆ ਜੀ ਅਤੇ ਇੱਥੇ ਹਰ ਸਾਲ ਉਰਸ ਮੁਬਾਰਕ ਲੱਗਦਾ ਜੀ ਇਹ ਗੌਰਮੈਂਟ ਹਾਈ ਸਕੂਲ ਆ ਜੀ ਇਹਦਾ ਫਰੰਟ ਗੇਟ ਆ ਜੀ ਅਤੇ ਆਹ ਲੜਕੇ ਖੇਡ ਰਹੇ ਆ ਇਹਦਾ ਗਰਾਊਂਡ ਆ ਉਹ ਬੈਕ ਸਾਈਡ 'ਤੇ ਇਹਦੀ ਇਮਾਰਤ ਆ ਹਾਂਜੀ ਕੀ ਨਾਮ ਆ ਤੁਹਾਡਾ ਸਹੇਲ ਬਾਬੂ ਠੀਕ ਹੈ ਜੀ ਤੁਸੀਂ ਵੀਡੀਓ ਦੇਖ ਰਹੇ ਹੋ ਹੁਣੀ ਬੇਲਣਾ ਚੱਲਦਾ ਇਹਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਜੀ ਬੇਲਣਾ ਲੱਗਾ ਹੋਇਆ ਵਾ ਆਹ ਦੇਖੋ ਗੁੜ ਬਣ ਰਿਹਾ ਵਾ ਸਾਡੀ ਵੀਡੀਓ ਪਸੰਦ ਆਈ ਹੋਊਗੀ ਸਾਡੇ ਚੈਨਲ ਨੂੰ ਲਾਈਕ ਕਰੋ ਔਰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਹਾਂ ਕਿਸੇ ਨਈ ਵੀਡੀਓ ਦੇ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਅੱਲਾਹ ਹਾਫਿਜ਼